बड़े दिन पिछो आया मैं बड़ा औखा था मैं किवें बिल बिल जीरो खालसा वाहेगुरु जी की फतेह। ਤੁਸੀਂ ਆਖੋਗੇ ਕਿ ਆ ਬਿੱਲ ਕਿਉਂ ਮੰਤਰੀ ਨੇ ਫੜੇ ਹੋਏ ਨੇ, ਇਹ ਵੀ ਬਹੁਤ ਵੱਡੀ ਗੱਲ ਏ ਕਿ ਜਿੱਥੇ ਕੋਈ ਗਲਤ ਕੋਈ ਕੰਮ ਕਰਦਾ ਉਹਦੀ ਮਾਤਾ ਬਦਨਾਮੀ ਵੀ ਕਰਨੀ ਚਾਹੀਦੀ ਏ ਤੇ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਦੀ ਸਪੋਰਟ ਵੀ ਕਰਨੀ ਚਾਹੀਦੀ। ਇਹ ਹੁਣ ਭਗਵੰਤ ਮਾਨ ਨੇ ਬਹੁਤ ਚੰਗਾ ਕੰਮ ਕੀਤਾ ਕਿ ਇਸ ਪਰਿਵਾਰ ਦਾ 50,000 ਰੁਪਇਆ ਸੀ ਬਿੱਲ ਜਿਹੜਾ ਇਸ ਮਾੜਾ ਪਰਿਵਾਰ ਸੀ ਜਿਹਦਾ ਬਿੱਲ ਭਗਵੰਤ ਮਾਨ ਨੇ ਮਾਫ ਕੀਤਾ ਏ। बहुत चंगी गल है, जिथे कोई माड़ा काम होता उ विरोध भी करना चाहिए है, जिथे चंगा काम होता उ चंगा करना चाहिए। यह हूं इस परिवार का 50,000 रुपया बिल आया कि जो भगवंत मान ने माफ किया जे माता नूं पुछने माता पूरे खोज चे खोज भगवंत मान ते माड़ा नेड़े लाया माता दे कोले मूंह माता खोज चे किन्ना बिल सी हाथ च फड़ो है 50,000 रुपया बिल माफ होया। बड़ी वड्डी गल है, जिहड़े विरोधी उठदे ना सवाल करदे आ जिथे भी चंगा काम है असीं चंगा भी कहांगे। हुण बापू दसेगा बापू दी भैणे ने ਇਹ ਬਾਪੂ ਦੀ ਭੈਣ ਆ ਬਾਪੂ ਕਿੰਨਾ ਕੁ ਖੋਜੇ ਬੜੇ ਖੁਸ਼ ਆ ਚਾਲੇ 50,000 ਬਿੱਲ ਮਾਫ ਹੋਇਆ 50,000 ਬੜੇ ਖੁਸ਼ ਆ ਨਿੱਕੇ ਨਿੱਕੇ ਜਵਾਕਾਂ ਦੇ ਹੋਏ ਜਿਹੜੇ ਰੱਤਾ ਬਣਾਵਾਂਗੇ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਕੀਤੀ ਭਗਵੰਤ ਮਾਨ ਦੀ ਬਾਪੂ ਜਿੱਥੇ ਵੀ ਚੰਗਾ ਕੰਮ ਹੋਵੇ ਉੱਥੇ ਉੱਥੇ ਵਡਿਆਈ ਵੀ ਕਰਨੀ ਚਾਹੀਦੀ ਚੰਗਾ ਕੰਮ ਹੋਵੇ ਵਡਿਆਈ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਉਹਦਾ ਵਿਰੋਧ ਕਰੀ ਜਾਂਦੀ ਹਾਂ ਬਾਕੀ ਮੈਂ ਤਾਂ ਭਗਵੰਤ ਮਾਨ ਨੂੰ ਇੱਕੋ ਹੀ ਗੱਲ ਕਹਾਂਗਾ ਕਿ ਚੰਗਾ ਕੰਮ ਕਰ ਰਹੇ ਜਿਵੇਂ ਬਿੱਲ ਮਾਫ ਕੀਤੇ ਹੀ ਤੇ ਤੇਰੀ ਵਧੀਆ ਗੱਲ ਏ ਤੁਸੀਂ ਆ ਬੰਦੂਕਾਂ ਵਾਲੇ ਚੱਕਰਾਂ ਜਿਹੜਾ ਚੱਲਿਆ ਕੰਮ ਉਹ ਨਾ ਕਰ ਤੇ ਐ ਚੰਗੇ ਕੰਮ ਕਰ ਚੰਗੇ ਕੰਮ ਲੋਕ ਚਾਹੁੰਦੇ ਵੀ ਨੇ ਜਿਹੜੇ ਚੰਗੇ ਚੰਗਿਆਂ ਨੂੰ ਫਿਰ ਚੰਗੇ ਹੀ ਆਖਣਾ ਚੰਗਾ ਕੰਮ ਕਰ ਹੁਣ ਤੂੰ ਚੰਗਾ ਕੀਤਾ ਤੇ ਅਸੀਂ ਪੂਰੇ ਤੇਰੇ ਤੇ ਖੁਸ਼ ਹਾਂ ਕਿ ਤੂੰ ਇਹ ਨਹੀਂ ਕਿ ਮੇਰਾ ਹੀ ਮਾਪ ਹੋਇਆ ਜੇ ਇਸ ਗਰੀਬ ਪਰਿਵਾਰ ਦਾ ਮਾਪ ਹੋਇਆ ਤੇ ਅਸੀਂ ਸਾਡਾ ਬਣਦਾ ਫਰਜ ਕਿ ਤੇਰੀ ਸਲਾਹਾਂ ਕਰਨੀ ਤੇਰੀ ਇੱਜ਼ਤ ਕਰਨੀ ਬਿੱਲ ਮਾਫ ਹੋਇਆ ਉਹਨਾਂ ਨਾਲ ਸਾਰੇ ਸੀਸਾ ਦਿੰਦੇ ਆ ਸਾਰੇ ਆ ਆ ਵੇਖ ਲਾਗੇ ਆ ਵੇਖ ਲਾ 50,000 ਰੁਪਇਆ ਪਰਿਵਾਰ ਦਾ ਬਿੱਲ ਮਾਫ ਕੀਤਾ ਭਗਵੰਤ ਮਾਨ ਨੇ ਬੜੀ ਵੱਡੀ ਗੱਲ ਹੈ ਜਿਹੜੇ ਵਿਰੋਧੀ ਇਹਨਾਂ ਦੇ ਮੂੰਹ ਤੇ ਕਿ ਚਪੇਟ ਹੈ ਹੁਣ ਮਾਤਾ ਤੂੰ ਹੋਰ ਕੀ ਕਹਿਣਾ ਚਾਹੁੰਦੀ ਹੋਰ ਪਿਲਸਣ ਲੱਗੀ ਪਿਲਸਣ ਤਾਂ ਲੱਗੀ ਲੱਗੀ ਹੈ ਤੇ ਵਧੀਆ ਕੰਮ ਹੈ ਨਹੀਂ ਨਹੀਂ ਚੰਗੀ ਗੱਲ ਹੈ ਜਿਹੜਾ ਕੋਈ ਚੰਗੀ ਗੱਲ ਸਰਕਾਰ ਕੰਮ ਕਰਦੀ ਚੰਗੇ ਕੰਮ ਦੀ ਸਪੋਰਟ ਕਰਨੀ ਚਾਹੀਦੀ ਹੈ ਬੜੀ ਚੰਗੀ ਗੱਲ ਏ ਤੇ ਬੜੀ ਮਾਰ ਏ ਜੀ ਬਾਪੂ ਖੁਸ਼ ਹੋਣ ਹੋਰ ਕੀ ਕਹਿਣਾ ਚਾਹਣਾ ਕੋਈ ਚੜ੍ਹਦੀ ਗੱਲ ਹੋਰ ਵੀ ਆ ਨੇ ਜਿਹੜਾ ਦਿੱਤਾ ਪੰਜ ਮਰਨੇ ਐਲਾਨ ਕੀਤਾ ਦੇਵੇ ਲੋਕ ਬਹੁਤ ਸੀਸਾਂ ਦੇਣਗੇ ਉਹ ਵੀ ਕਹਿਤਾ ਉਹਨੇ ਹਾਂ ਉਹ ਵੀ ਕਹਿਤਾ ਉਹਨੇ ਯਾਰ ਕਈ ਬੰਦੇ ਮੈਨੂੰ ਵੀ ਆਂਦੇ ਤੂੰ ਸਪੋਰਟ ਕੀਤੀ ਆ ਚੰਗਾ ਕੰਮ ਕੀਤਾ ਮੈਨੂੰ ਮੇਰੀ ਵੀ ਇੱਜ਼ਤ ਰਹੇਗੀ ਉਹਨੇ ਗਰੀਬਾਂ ਨੂੰ ਆਖਿਆ 5-5,000 ਮਰਨੇ ਥਾਂ ਦੇਾਂਗੇ ਪਾ ਕੇ ਵੀ ਦੇਾਂਗੇ ਉਹਦਾ ਅੰਦਾ ਜੜਦੀ ਕਲਾ ਤੇ ਲੋਕ ਸੀਸਾਂ ਦੇਣਗੇ ਹੈ ਬਾਪੂ ਦੀ ਪੈਸਾ ਲਵਾਉਣੀ बापू दी लवानी ते जरूर लवाओ ए जिला केड़ा माता तोड़ा जिला केड़ा जिला ओ इथे मेरे कोल तू इथे तेरे बोर्ड पर बने जिला मेरा फिरोजपुर है फिरोजपुर जिला है बापू दा इथे ही बापू दे कागत बने ते पिंड मल्ले वाला है असि इथे आए सां जदों सानू पता लगा इस परिवार का बिल माफ होया है कीता भी भगवंत मान दी सरकार ने आ ते मैं कहा क्यों ना माता गल करिए लोकां नूं दसीए जे विरोध भी करदे सां ते अज चंगी गल भी करो वधिया भगवंत मान जी अज तुसीं वधिया काम कीता ई तुहानूं दिलों सलूट है होर गल कोई करनी ਵਧੀਆ ਪ੍ਰਾਣ ਦਿੱਤੇ ਹੋਏ ਵਾਰੀ ਤੈਨੂੰ ਸਾਰੇ ਲੋਕ ਫੀਸਾਂ ਦਿੰਦੇ ਆ ਚੰਗਾ ਕੀਤਾ ਲੋਕ ਕਈਆਂ ਕੋਲ ਥਾਂ ਘਰ ਨੀ ਹੈਗਾ ਤੇ ਥਾਂ ਘਰ ਪਾ ਕੇ ਦੇਗਾ ਵਧੀਆ ਲੋਕ ਤੈਨੂੰ ਤੇਰੇ ਨਾਲ ਜੁੜਨਗੇ ਤੈਨੂੰ ਗਾਂ ਵੋਟਾਂ ਹੀ ਪਾਉਣਗੇ ਚੜ੍ਹਦੀ ਕਲਾ ਕਰਨਗੇ ਚੱਲ ਬਾਕੀ ਐ ਕਰਕੇ ਇਹਨੂੰ ਬੇਨਤੀ ਹੈ ਕਿ ਆ ਮੰਨ ਲਓ ਕਿਸੇ ਦੀ ਕੋਈ ਪੇਚ ਪੂਚ ਜਿਹੜੇ ਨੇ ਨਾ ਗਲਤ ਕੰਮ ਕਰ ਸਹੀ ਕਰ ਤੇ ਲੋਕਾਂ ਵਧੀਆ ਗੱਲ ਕਰੋ ਇਹ ਵਿਰੋਧੀ ਪਾਰਟੀਆਂ ਤੇ ਕਹਿੰਦੀਆਂ ਭਗਵੰਤ ਮਾਨ ਗਲਤ ਕੰਮ ਕਰੇ ਤੇ ਇਹਦੀ ਸਰਕਾਰ ਖਰਾਬ ਹੋਵੇ ਪਰ ਭਗਵੰਤ ਮਾਨ ਜੀ ਸੋਸ਼ਲ ਮੀਡੀਆ ਤੋਂ ਤੁਹਾਡੀ ਵਧੀਆ ਸਰਕਾਰ ਚੱਲਦੀ ਸੀ ਤੇ ਤੁਸੀਂ ਵਧੀਆ ਕੰਮ ਕਰੋ ਇਹ ਬੇਨਤੀ ਤੁਹਾਡੇ ਅੱਗੇ ਸਾਰਾ ਕੁਝ ਵਧੀਆ ਕਰੋ ਵਾਹਿਗੁਰੂ ਖਾਲਸਾ।